लोक जनशक्ति पार्टी की एक मीटिंग बरनाला विखे हुई, जिस विच सैकटरी जनरल पंजाब लोक जनशक्ति पार्टी के जगदीप सिंह गैरी ने जिला संगरूर के पिंड पड़ौल थाना संदौड़ के दो नौजवानों सिमरनजीत सिंह अते उसके रिश्तेदार भरा नाल पुलिस वालों नजायज़ कुटमार की निखेधी की गई। पीड़ित के परिवार के मैंबर का कहना है कि उन्होंने बच्चों की बड़ी बेरामी नाल कुटमार की गई और जाति सूचक शब्दों की वरतों भी की गई। उन्होंने कहा कि उन्होंने बयान के मुताबिक कोई कार्रवाई नहीं की गई। परिवार की प्रशासन को अपील है कि उन्होंने इंसाफ दवाया जाए और दोषियों के खिलाफ बनती कार्रवाई की जाए। इस दे नाल ही लोक जनशक्ति के सैकटरी जनरल पंजाब ने कहा कि वह पीड़ित परिवार के नाल हन, जदों तक इंसाफ नहीं मिलिया तो वह हर यतन करनगे जिस नाल परिवार को इंसाफ मिल सके। इस मौके पर उन्होंने नाल जिला प्रधान रणजीत सिंह बरनाला, लोक जनशक्ति पार्टी मीत प्रधान गुरदीप सिंह, लखविंदर सिंह कालोके जिला प्रधान देहाती, अमनदीप सिंह बरनाला भी हाजिर सन। बरनाला तो बलजीत सिंह की विशेष रिपोर्ट। हुण आपां की चाहुंदे आ? ਤੁਸੀਂ ਕਿਹੜੇ ਭਾਈਚਾਰੇ ਨੂੰ ਬਿਲੋਂਗ ਕਰਦੇ ਹੋ? ਨਹੀਂ, ਅਸੀਂ ਐਸੀ ਮਜ਼੍ਹਬੀ ਸਿੱਖ ਰਮਦਾਸੀ ਸਿੱਖ। ਅੱਛਾ, ਤੁਸੀਂ ਮੰਗ ਨਹੀਂ ਕੀਤੀ ਵੀ ਇਸ ਐਕਟ੍ਰੋਸਿਟੀ ਐਕਟ ਦਾ ਪਰਚਾ ਵੀ ਦਰਜ ਹੋਣਾ ਚਾਹੀਦਾ? ਅੱਛਾ, ਤੁਸੀਂ ਬਿਆਨ ਜਿਹੜੇ ਮੁੰਡੇ ਨੇ ਆਪਣੇ ਬਿਆਨ ਦਿੱਤੇ ਹੋ ਤੁਸੀਂ ਕੀਤਾ, ਉਹਦੇ ਨਾਲ ਮਤਲਬ ਕੋਈ ਇਸ ਤਰ੍ਹਾਂ ਦੀ ਨਹੀਂ ਕੀਤਾ? ਅੱਛਾ, ਬਣਦੀ ਜੋ ਜੋ ਤੁਸੀਂ ਚਾਹੁੰਦੇ ਸੀ ਉਹ ਤਰ੍ਹਾਂ ਮਦੇ ਤਹਿਤ ਕਾਰਵਾਈ ਨਹੀਂ ਹੋਈ? ਚਲੋ, ਮੈਂ ਲੋਕ ਜਨ ਸ਼ਕਤੀ ਪਾਰਟੀ ਵੱਲੋਂ ਦੇਖੋ ਜੀ ਤੁਹਾਡਾ ਹਮਦਰਦੀ ਪ੍ਰਗਟ ਕਰਦੇ ਹਾਂ। ਠੀਕ ਹੈ, ਤੁਹਾਡੇ ਨਾਲ ਬਹੁਤ ਧੱਕਾ ਹੋਇਆ। ਨਹੀਂ, ਬਹੁਤ ਧੱਕਾ ਹੋਇਆ ਪਰਿਵਾਰ ਦੇ ਨਾਲ। ਠੀਕ ਹੈ, ਪਹਿਲਾ ਮਸਲਾ ਨਹੀਂ ਇਹ, ਬਹੁਤ ਸਾਰੇ ਮਸਲੇ ਤੋਂ ਪਹਿਲਾਂ ਹੀ ਬਹੁਤ ਸਾਰੇ ਇਹ ਮਸਲੇ ਇਸ ਤਰ੍ਹਾਂ ਦੇ ਆਏ ਨੇ। ਠੀਕ ਹੈ, ਅਤੇ ਸਾਡੇ ਨੌਜਵਾਨਾਂ ਦੇ ਕਤਲ ਕਰ ਦਿੱਤੇ ਜਾਂਦੇ ਨੇ, 18 ਸਾਲ ਦਾ ਮੁੰਡਾ ਉਹ ਮਾਰਤਾ। ਠੀਕ ਹੈ, ਹਾਂ, ਅਤੇ ਮੈਂ ਮਤਲਬ ਕਾਫੀ ਜਗ੍ਹਾ 'ਤੇ ਹੁਣ ਵੀ ਤਸ਼ੱਦਦ ਹੋ ਰਹੇ, ਲੋਕਡਾਊਨ ਦੇ ਵਿੱਚ ਵੀ ਤਸ਼ੱਦਦ ਹੋਏ ਆ। ਚਲੋ ਜੀ, ਮੈਂ ਗੱਲ ਇਹ, ਮੇਰਾ ਨੰਬਰ ਇਹ ਨੋਟ ਕਰ ਲਓ ਤੁਸੀਂ, ਮੇਰਾ ਨੰਬਰ ਨੋਟ ਕਰ ਲਓ, ਮੈਂ ਤੁਹਾਡੇ ਨਾਲ ਬਾਅਦ 'ਚ ਵੀ ਗੱਲ ਕਰੂੰਗਾ। ਠੀਕ ਹੈ, ਮੈਂ ਪਰਿਵਾਰ ਦੀ ਮਿਹਨਤ ਜਗਦੀਪ ਸਿੰਘ ਗਹਿਰੀ ਸੈਕਟਰੀ ਜਨਰਲ ਲੋਕ ਜਨ ਸ਼ਕਤੀ ਪਾਰਟੀ, ਮੈਂ ਸ਼੍ਰੀ ਰਾਮ ਵਿਲਾਸ ਪਾਸਵਾਨ ਜੀ ਦੀ ਪਾਰਟੀ ਦਾ ਸੈਕਟਰੀ ਜਨਰਲ ਆ ਪੰਜਾਬ ਦਾ। ਠੀਕ ਹੈ, ਅਸੀਂ ਇਸ ਮਸਲੇ ਨੂੰ ਸਾਡੇ ਸਟੇਟ ਪ੍ਰੈਜੀਡੈਂਟ ਕੋਲ ਵੀ ਮੈਂ ਮਤਲਬ ਰੱਖਾਂਗੇ। ਠੀਕ ਹੈ, ਸਾਡੇ ਨੈਸ਼ਨਲ ਬਾਡੀ ਦੇ ਕੋਲ ਵੀ ਰੱਖਾਂਗੇ, ਅਤੇ ਅੱਜ ਵੀ ਅਸੀਂ ਮੈਂ ਬਰਨਾਲੇ ਆਇਆ ਹੋਇਆ, ਅੱਜ ਵੀ ਅਸੀਂ ਤੇ ਮਤਲਬ ਪ੍ਰੈਸ ਦੇ ਵਿੱਚ ਗੱਲਬਾਤ ਇਸ ਤੁਹਾਡੇ ਮਾਮਲੇ ਸੰਬੰਧ 'ਚ ਕਰਾਂਗੇ। ਤੁਸੀਂ ਇਹੀ ਚਾਹੁੰਦੇ ਹੋ ਵੀ ਹੁਣ ਐਕਟ੍ਰੋਸਿਟੀ ਐਕਟ ਦਾ ਜਿਹੜਾ ਕੇਸ ਰਜਿਸਟਰ ਹੋਣਾ ਚਾਹੀਦਾ, ਬਣਦੀਆਂ ਧਰਾਵਾਂ ਤਹਿਤ ਕਾਰਵਾਈ ਨਹੀਂ ਕੀਤੀ ਗਈ ਇਹਨਾਂ ਦੇ ਖਿਲਾਫ, ਪੁਲਿਸ ਵਾਲਿਆਂ ਦੇ ਖਿਲਾਫ, ਅਤੇ ਜਿਹਨਾਂ ਲੋਕਾਂ ਨੇ ਗੱਡੀ ਨੂੰ ਘੇਰਿਆ, ਠੀਕ ਹੈ, ਤਸ਼ੱਦਦ ਕੀਤਾ, ਠੀਕ ਹੈ, ਲੁੱਟ ਖੋਹ ਕੀਤੀ, ਮਤਲਬ ਜਾਂ ਤੁਸੀਂ ਇਹ ਚਾਹੁੰਦੇ ਹੋ ਵੀ ਜਿਹੜੀ ਲੁੱਟ ਖੋਹ ਕਰਨ ਦਾ ਮਾਮਲਾ ਹੈਗਾ ਜਿਹੜਾ, ਨਹੀਂ, ਉਹ ਤੁਸੀਂ ਸਹੀ ਚਾਹੁੰਦੇ ਹੋ ਵੀ ਸਹੀ ਬੰਦਿਆਂ ਦੇ ਖਿਲਾਫ ਹੋਇਆ ਕਿ ਉਹਨਾਂ ਦੇ ਵਿੱਚ ਵੀ ਹੋਰ ਇਨਵੋਲਵ ਸੀਗੇ ਬੰਦੇ? ਹੁਣ ਤੁਸੀਂ ਇਹ ਚਾਹੁੰਦੇ ਵੀ ਥਾਣੇ ਦਾ SHO ਕੌਣ ਸੀਗਾ ਜੀ ਉਸ ਟਾਈਮ? ਕੁਲਵੰਤ ਸਿੰਘ ਇੰਸਪੈਕਟਰ ਕੇ ਸਬ ਇੰਸਪੈਕਟਰ ਸੀ, ਕੁਲਵੰਤ ਸਿੰਘ ਇੰਸਪੈਕਟਰ ਸੀਗੇ ਉਸ ਟਾਈਮ, ਉਹਨਾਂ ਨੂੰ ਸਸਪੈਂਡ ਕੀਤਾ? ਅੱਛਾ, ਤੁਸੀਂ ਮਹਿਕਮੇ ਦੇ ਖਿਲਾਫ, ਅੱਛਾ, ਤੁਸੀਂ SSP ਸਾਹਿਬ ਨੂੰ ਮਿਲੇ ਇਸ ਸੰਬੰਧ ਵਿੱਚ? ਜੀ DSP ਸਾਹਿਬ ਬਹਿੰਦੇ ਹੋਣਗੇ ਉੱਥੇ? ਹਾਂ,
अच्छा हाँ जी हाँ। अच्छा इंक्वायरी नहीं तुसी तुसी ठीक है ਤੁਸੀਂ ਆਪਦੇ ਵੱਲੋਂ ਕੋਈ ਐਪਲੀਕੇਸ਼ਨ ਤੁਸੀਂ ਆਪਦੇ ਵੱਲੋਂ ਕੋਈ ਐਪਲੀਕੇਸ਼ਨ ਵਗੈਰਾ ਦਿੱਤੀ ਹੈ ਕੋਈ ਮੰਨ ਜੂਗਾ ਐਸਐਸਪੀ ਸਾਹਿਬ ਨੂੰ ਜਾਂ ਕਿਸੇ ਨੂੰ ਹੋਰ ਨਾ ਜੀ ਕੋਈ ਅੱਛਾ ਅਜੇ ਕੋਈ ਵੀ ਕਿਤੀ ਸਾਡੀ ਰਿਕਵੈਸਟ ਚੱਲ ਰਹੀ ਹੈ ਛੋਟੇ ਦਾ ਮਸਲਾ ਨਾ ਛੋਟੇ ਫੜਾ ਮੀਟਿੰਗ ਕਰਦੇ ਅੱਛਾ ਚਲੋ ਚਲੋ ਕੋਈ ਗੱਲ ਨਹੀਂ ਵੀਰ ਜੀ ਆਪਾਂ ਦੇਖਦੇ ਹਾਂ ਕੋਈ ਗੱਲ ਨਹੀਂ ਮੈਂ ਆਪਾਂ ਕੋਸ਼ਿਸ਼ ਕਰਦੇ ਹਾਂ ਠੀਕ ਹੈ ਅਤੇ ਇਹਦੇ ਸੰਬੰਧ ਵਿੱਚ ਮੰਨ ਜੂਗਾ ਐਸਐਸਪੀ ਸਾਹਿਬ ਨਾਲ ਵੀ ਗੱਲ ਕਰਕੇ ਦੇਖਦੇ ਹਾਂ ਠੀਕ ਹੈ ਜੋ ਵੀ ਹੋਊਗੀ ठीक है मेरा ये नंबर आ नोट कर लो ठीक है हाँ बस तुम ये चाहते हो कि एस एक्टोसिटी एक्ट का परचा दर्ज होना चाहिए पुलिस ने जो खदत किया जो बन दिया तरह सिख नौजवान से बिहेव की की किसान ने बिहेव की नाम की पूरा नाम की मुंडे का अपने का सिमरजीत सिंह ठीक ਬਾਸੀ ਕਸਬਾ ਪੜਾਲ ਥਾਣਾ ਜਲਾਲ ਥਾਣਾ ਸਦੌੜ ਠੀਕ 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 ਹੈ ਜੀ ਓਕੇ ਮਿਹਰਬਾਨੀ ਜੀ ਹਾਂਜੀ ਸਰ ਕੀ ਕਹਿਣਾ ਚਾਹੋਗੇ ਜੋ ਸੰਗਰੂਰ ਦੇ ਵਿੱਚ ਐਸੀਆਂ ਦੇ ਨਾਲ ਬਦਕਰੀ ਹੋਈ ਹੈ ਜੋ ਪੁਲਿਸ ਵੱਲੋਂ ਕੀਤੀ ਗਈ ਹੈ ਧੱਕਾਸ਼ਾਹੀ ਕੀਤੀ ਗਈ ਹੈ ਉਹਦੇ ਬਾਰੇ ਤੁਸੀਂ ਅੱਜ ਕੀ ਕਹਿਣਾ ਚਾਹੋਗੇ ਮੈਂ ਜਗਦੀਪ ਸਿੰਘ ਗਹਿਰੀ ਸ਼ਕਤੀ ਚੰਦ ਪੰਜਾਬ ਲੋਕ ਜਨ ਸ਼ਕਤੀ ਪਾਰਟੀ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੀ ਗੱਲ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਤੁਸੀਂ ਕਿ ਸੰਗਰੂਰ ਜ਼ਿਲ੍ਹੇ ਦੇ ਵਿੱਚ ਅੱਜ ਅਸੀਂ ਜ਼ਿਲ੍ਹਾ ਬਰਨਾਲਾ ਦੇ ਵਿੱਚ ਲੋਕ ਜਨ ਸ਼ਕਤੀ ਪਾਰਟੀ ਜ਼ਿਲ੍ਹਾ ਪ੍ਰਧਾਨ ਸਾਡੇ ਉਹਨਾਂ ਦੀ ਅਗਵਾਈ 'ਚ ਅੱਜ ਸਾਡੇ ਅਹੁਦੇਦਾਰਾਂ ਨਾਲ ਮੀਟਿੰਗ ਕਰਨ ਦੇ ਲਈ ਇੱਥੇ ਪਹੁੰਚੇ ਸੀ ਅਤੇ ਕਾਫੀ ਪਰਸੋਂ ਤੋਂ ਲੈ ਕੇ ਚੱਲ ਰਿਹਾ ਕਿ ਜ਼ਿਲ੍ਹਾ ਸੰਗਰੂਰ ਦੇ ਵਿੱਚ ਇੱਕ ਦਲਿਤ ਨੌਜਵਾਨ ਦੇ ਨਾਲ ਸਿਮਰਨਜੀਤ ਸਿੰਘ ਸਰਮ ਬਲਦੇਵ ਸਿੰਘ ਅਤੇ ਉਹਨਾਂ ਦੇ ਰਿਸ਼ਤੇਦਾਰ ਲਖਵੀਰ ਸਿੰਘ ਨਾਲ ਪੁਲਿਸ ਵੱਲੋਂ ਤਸ਼ੱਦਦ ਕੀਤਾ ਗਿਆ ਜਿਹਦੀ ਵੀਡੀਓ ਵੀ ਵਾਇਰਲ ਹੋਈ ਹੈ ਕਾਫੀ ਜੋ ਥਾਣਾ ਕਸਬਾ ਪੜਾਲ ਥਾਣਾ ਸੰਦੌੜ ਦੇ ਵਿੱਚ ਜੋ ਮੌਜੂਦ ਹੈ ਇਹਦੇ ਸੰਬੰਧ 'ਚ ਅੱਜ ਮੇਰੀ ਮੋਬਾਈਲ 'ਤੇ ਵੀ ਇੱਥੇ ਆ ਕੇ ਉਹਨਾਂ ਦੇ ਰਿਸ਼ਤੇਦਾਰਾਂ ਨਾਲ ਗੱਲਬਾਤ ਹੋਈ ਜਿਸ ਦੇ ਨਾਲ ਪੂਰੀ ਮਾਮਲੇ ਦੀ ਜਿਹੜੀ ਕਿ ਜਾਂਚ ਪੜਤਾਲ ਕਰਨ ਦੇ ਲਈ ਉਹਨਾਂ ਨਾਲ ਗੱਲਬਾਤ ਕੀਤੀ ਗਈ ਜਿਸ ਤੋਂ ਪਤਾ ਚੱਲ ਲੱਗਿਆ ਕਿ ਪੁਲਿਸ ਨੇ ਬਹੁਤ ਹੀ ਵੱਡਾ ਤਸ਼ੱਦਦ ਉਸ ਪਰਿਵਾਰ ਦੇ ਨਾਲ ਕੀਤਾ ਸਿਮਰਜੀਤ ਦੇ ਨਾਲ ਜੋ ਉਹਨਾਂ ਨੂੰ ਉਹਦੀ ਕੇਸਾਂ ਦੀ ਬੇਅਦਬੀ ਦੀ ਕੀਤੀ ਉਹਨੂੰ ਥਰਡ ਏਗ ਦੀ ਇਸਤੇਮਾਲ ਕਰਕੇ ਉਹਦੇ ਤਸ਼ੱਦਦ ਕੀਤਾ ਉਹਨੂੰ ਟਰਚਰ ਕੀਤਾ ਗਿਆ ਉਹਨੂੰ ਬੇਇੱਜ਼ਤ ਕੀਤਾ ਗਿਆ ਜੋ ਬੜੀ ਨਿੰਦਣਯੋਗ ਗੱਲ ਹੈ ਉਸ ਥਾਣਾ ਸਦੌੜ ਦੇ ਵਿੱਚ ਉਸ ਉੱਥੋਂ ਦੇ ਇੰਚਾਰਜ ਦੇ ਖਿਲਾਫ ਉਹਦੇ ਸਟਾਫ ਦੇ ਖਿਲਾਫ ਹਾਲੇ ਤੱਕ ਉਸ ਪਰਿਵਾਰ ਨੂੰ ਪਤਾ ਨਹੀਂ ਲੱਗਿਆ ਕਿ ਉਹਨਾਂ ਦੇ ਖਿਲਾਫ ਕੀ ਕਾਰਵਾਈ ਕੀਤੀ ਹੈ ਉਹ ਇਹ ਗੱਲ ਕਹਿ ਰਹੇ ਕਿ ਸਾਨੂੰ ਪਤਾ ਲੱਗਿਆ ਕਿ ਉਹਨਾਂ ਨੂੰ ਕਿਸੇ ਨੂੰ ਲਾਈਨ ਹਾਜ਼ਰ ਕਰਤਾ ਜਾਂ ਸਸਪੈਂਡ ਕਰਤਾ ਕਹਿੰਦੇ ਪਤਾ ਲੱਗਿਆ ਪਰ ਉਹਨਾਂ ਨੂੰ ਹਾਲੇ ਕੋਈ ਇਸ ਸੰਬੰਧੀ ਜਾਣਕਾਰੀ ਨਹੀਂ ਹੈ ਪਰ ਪਰਿਵਾਰ ਕਹਿ ਰਿਹਾ ਕਿ ਜੋ ਅਸੀਂ ਜਿਸ ਧਰਾਵਾਂ ਦੇ ਤਹਿਤ ਅਸੀਂ ਬਿਆਨ ਲਿਖਵਾਏ ਸੀ ਕਿ ਉਸ ਦੇ ਖਿਲਾਫ ਕੇਸਾਂ ਦੀ ਬੇਅਦਬੀ ਕਰਨ ਦਾ ਜਾਤੀ ਸੂਚਕ ਸ਼ਬਦ ਬੋਲਣ ਦਾ ਅਤੇ ਦਲਿਤ ਅਤਿਆਚਾਰ ਕਰਨ ਦਾ ਜੋ ਪਰਚਾ ਬਣਦਾ ਸੀ ਐਕਟ੍ਰੋਸਿਟੀ ਐਕਟ 89 ਦੇ ਤਹਿਤ ਜੋ ਕੇਸ ਰਜਿਸਟਰ ਹੋਣਾ ਬਣਦਾ ਸੀ ਉਹਨਾਂ ਦੇ ਖਿਲਾਫ ਕੇਸ ਰਜਿਸਟਰ ਨਹੀਂ ਕੀਤਾ ਗਿਆ ਤੇ ਮੈਂ ਇਸ ਗੱਲ ਦਾ ਵੀ ਖੁਲਾਸਾ ਕਰਨਾ ਚਾਹੁੰਦਾ ਕਿ ਉਸ ਇੱਕ ਗਰੀਬ ਪਰਿਵਾਰ ਦਾ ਸਾਥੀ ਜੋ ਸਿਮਰਨਜੀਤ ਸੀ ਉਹ ਇੱਕ ਪ੍ਰਾਈਵੇਟ ਫਾਈਨਾਂਸ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਜੋ ਕਿ ਪਿੰਡਾਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਗਰੁੱਪ ਬਣਾ ਕੇ ਉੱਥੇ ਲੋਨ ਦਿੰਦੇ ਨੇ ਉਸ ਲੋਨ ਦੀ ਪੇਮੈਂਟ ਦਾ ਲੈਣ ਦੇਣ ਕਰਨ ਦੇ ਲਈ ਉਸ ਲੋਨ ਦੀ ਪੇਮੈਂਟ ਨੂੰ ਅੱਗੇ ਡਿਸਟ੍ਰੀਬਿਊਟ ਕਰਨ ਦੇ ਲਈ ਲੋਕਾਂ ਦੇ ਵਿੱਚ ਉਹ ਅਕਸਰ ਜਾਂਦਾ ਰਹਿੰਦਾ ਸੀ ਇਸ ਗੱਲ ਦੇ ਲਈ ਉਹ ਬਾਹਰ ਗਿਆ ਸੀ ਉਸ ਤੋਂ ਬਾਅਦ ਉੱਥੇ ਕੁਝ ਸ਼ਰਾਰਤੀ ਅਨਸਰਾਂ ਨੇ ਚੱਕ ਕੇ ਉਹਦੀ ਕੁੱਟਮਾਰ ਕੀਤੀ ਉਹਦੀ ਲੁੱਟ ਖੋਹ ਕੀਤੀ ਉਹ ਲੁੱਟ ਖੋਹ ਕਰਨ ਤੋਂ ਬਾਅਦ
ਉਹਨੂੰ ਪੁਲਿਸ ਨੇ ਚੱਕ ਕੇ ਉਸਦੇ ਉੱਪਰ ਤਸੱਦਦ ਕਰਕੇ ਉਹਨੂੰ ਟੌਰਚਰ ਕੀਤਾ ਗਿਆ ਉਸਦੇ ਉੱਪਰ ਥਰਡ ਡਿਗਰੀ ਇਸਤੇਮਾਲ ਕਰਕੇ ਉਹਨੂੰ ਬਹੁਤ ਜਿਹੜਾ ਹੈਗਾ ਇਹ ਨਿੰਦਣਯੋਗ ਜੋ ਘਟਨਾ ਇਸ ਥਾਣਾ ਫਲੌੜ ਵੱਲੋਂ ਇਹ ਗਰੀਬ ਦੇ ਨਾਲ ਅਤਿਆਚਾਰ ਕਰਕੇ ਵਾਪਰੀ ਗਈ। ਅਸੀਂ ਲੋਕ ਜਨ ਸ਼ਕਤੀ ਪਾਰਟੀ ਵੱਲੋਂ ਲੰਮੇ ਸਮੇਂ ਤੋਂ ਗਰੀਬਾਂ ਦੇ ਨਾਲ ਅਤਿਆਚਾਰ ਹੋ ਰਹੇ ਨੇ, ਇਹ ਪਹਿਲਾ ਅਤਿਆਚਾਰ ਨਹੀਂ। ਤੁਸੀਂ ਦੇਖ ਰਹੇ ਹੋ ਰਿਕਾਰਡ ਦੇ ਵਿਚ, ਤੁਸੀਂ ਦੇਖ ਲੋ ਪਿਛਲਾ ਇਤਿਹਾਸ ਫਰੋਲ ਕੇ ਦੇਖੋ ਕਿੰਨੇ ਗਰੀਬ ਲੋਕਾਂ ਦੇ ਨਾਲ ਅਤਿਆਚਾਰ ਹੁੰਦੇ ਆ ਰਹੇ। ਪਰ ਇਹ ਅਤਿਆਚਾਰ ਦੇ ਖਿਲਾਫ਼ ਅਸੀਂ ਲੋਕ ਜਨ ਸ਼ਕਤੀ ਪਾਰਟੀ ਵੱਲੋਂ ਪੂਰੇ ਸਟੈਂਡ ਲੈ ਕੇ ਅਸੀਂ ਇਸ ਪਰਿਵਾਰ ਦੇ ਨਾਲ ਖੜੇ ਹਾਂ। ਇਸ ਸਬੰਧ ਦੇ ਵਿਚ ਸਾਡੇ ਲੋਕ ਜਨ ਸ਼ਕਤੀ ਪਾਰਟੀ ਪੰਜਾਬ ਦੇ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਉਹਨਾਂ ਨੂੰ ਵੀ ਇਨਫੋਰਮੇਸ਼ਨ ਅਸੀਂ ਦੇਵਾਂਗੇ ਤੇ ਸਾਡੇ ਨੈਸ਼ਨਲ ਪ੍ਰੈਜੀਡੈਂਟ ਨੇ ਸ੍ਰੀ ਚਿਰਾਗ ਪਾਸਵਾਨ ਜੀ ਅਤੇ ਰਾਮ ਵਿਲਾਸ ਪਾਸਵਾਨ ਜੀ ਤੱਕ ਇਸ ਗੱਲ ਨੂੰ ਲਿਜਾ ਕੇ ਪਾਰਲੀਮੈਂਟ ਕੁਐਸਚਨ ਬਣਾਉਣ ਦਾ ਤੋਂ ਵੀ ਅਸੀਂ ਪਿੱਛੇ ਨਹੀਂ ਹਟਾਂਗੇ, ਜਿੰਨਾ ਚਿਰ ਇਸ ਪਰਿਵਾਰ ਦੇ ਨਾਲ ਜੋ ਅਤਿਆਚਾਰ ਇਹਨਾਂ ਨੇ ਕੀਤਾ ਉਸ ਅਤਿਆਚਾਰ ਕਰਨ ਵਾਲਿਆਂ ਦੇ ਖਿਲਾਫ਼ ਬਣਦੀਆਂ ਧਰਾਵਾਂ ਦੇ ਤਹਿਤ ਪਰਿਵਾਰ ਦੇ ਮੁਤਾਬਕ ਕੇਸ ਰਜਿਸਟਰ ਕਰਕੇ ਉਹਨਾਂ ਨੂੰ ਬਣਦੀਆਂ ਸਜ਼ਾਵਾਂ ਨਹੀਂ ਦਿੱਤੀਆਂ ਜਾਂਦੀਆਂ। ਇਸ ਪਰਿਵਾਰ ਦੇ ਨਾਲ ਅਸੀਂ ਲੋਕ ਜਨ ਸ਼ਕਤੀ ਪਾਰਟੀ ਵੱਲੋਂ ਪੂਰਨ ਤੌਰ ਤੇ ਖੜੇ ਹਾਂ ਤੇ ਮੈਂ ਇਸ ਗੱਲ ਦੇ ਲਈ ਮੈਂ ਸਮਾਜਿਕ ਜਥੇਬੰਦੀਆਂ ਨੂੰ, ਦਲਿਤ ਜਥੇਬੰਦੀਆਂ ਨੂੰ, ਸਮਾਜ ਜੋ ਕਿ ਇਨਸਾਫ਼ਪਸੰਦ ਜਥੇਬੰਦੀਆਂ ਨੂੰ ਬੇਨਤੀ ਕਰਦਾ ਕਿ ਲੰਮੇ ਸਮੇਂ ਤੋਂ ਸਾਡੇ ਗਰੀਬ ਲੋਕਾਂ ਦੇ ਨਾਲ ਜੋ ਅਤਿਆਚਾਰ ਹੋ ਰਹੇ ਨੇ, ਦਿਨੋਂ ਦਿਨ ਅਤਿਆਚਾਰ ਵੱਧਦੇ ਜਾ ਰਹੇ ਨੇ। ਅੱਜ ਕੋਰੋਨਾ ਜਿਹੀ ਭਿਆਨਕ ਬਿਮਾਰੀ ਦਾ ਸਾਡੇ ਕਿੰਨੇ ਲੋਕ ਸ਼ਿਕਾਰ ਹੋ ਰਹੇ ਨੇ, ਅਸੀਂ ਕਿੰਨੇ ਦੁੱਖ ਦੀ ਘੜੀ ਦੇ ਵਿੱਚ ਸਾਡਾ ਦੇਸ਼ ਗੁਜ਼ਰ ਰਿਹਾ ਹੈਗਾ। ਇਸ ਘੜੀ ਦੇ ਵਿੱਚ ਗੁਜ਼ਰਦੇ ਹੋਏ ਵੀ ਸਾਡੇ ਨੌਜਵਾਨਾਂ ਦੇ ਤਸੱਦਦ ਕੀਤੇ ਜਾ ਰਹੇ ਨੇ, ਕਤਲ ਕੀਤੇ ਜਾ ਰਹੇ ਨੇ। ਇਸ ਗੱਲ ਦੇ ਲਈ ਸਾਨੂੰ ਇਕੱਠੇ ਹੋਣ ਦੀ ਜ਼ਰੂਰਤ ਆ। ਜਿੰਨਾ ਚਿਕਰ ਅਸੀਂ ਇੱਕ ਝੰਡੇ ਦਲ ਇਕੱਠੇ ਹੋ ਕੇ ਲੜਾਈ ਲੜਨ ਦਾ ਕੰਮ ਨਹੀਂ ਕਰਦੇ, ਉਹਨਾਂ ਚਿਕਰ ਦਲਤਾਂ ਉੱਪਰ ਇਹ ਅਤਿਆਚਾਰ ਨਹੀਂ ਬੰਦ ਹੋਣਗੇ। ਮੈਂ ਫਿਰ ਦੁਬਾਰਾ ਲੋਕ ਜਨ ਸ਼ਕਤੀ ਪਾਰਟੀ ਵੱਲੋਂ ਤੁਹਾਡੇ ਚੈਨਲ ਦਾ ਵੀ ਧੰਨਵਾਦ ਕਰਦਾ ਤੇ ਮੈਂ ਬੇਨਤੀ ਕਰਦਾ ਕਿ ਜੇ ਮਾਨਯੋਗ SSP ਸਾਹਿਬ ਨੂੰ, ਮਾਨਯੋਗ DGP ਸਾਹਿਬ ਨੂੰ ਕਿ ਜੋ ਸੰਗਰੂਰ ਜ਼ਿਲ੍ਹੇ ਦੇ ਵਿੱਚ ਜੋ ਘਟਨਾ ਜੋ ਕੋਈ ਗਰੀਬ ਪਰਿਵਾਰ ਨਾਲ ਵਾਪਰੀ ਆ, ਬਣਦੀਆਂ ਧਾਰਾਵਾਂ ਦੇ ਤਹਿਤ ਉਸ ਪਰਿਵਾਰ ਨੂੰ ਜਿਹੜਾ ਹੈਗਾ ਬਣਦਾ ਹੱਕ ਮਿਲਣਾ ਚਾਹੀਦਾ। ਉਸ ਪਰਿਵਾਰ ਦੇ ਜੋ ਤਸੱਦ ਕੀਤਾ ਉਹ ਬਣਦੀਆਂ ਧਾਰਾਵਾਂ ਦਾ, ਉਹਨਾਂ ਦੇ ਖਿਲਾਫ਼ ਦੋਸ਼ੀਆਂ ਦੇ ਖਿਲਾਫ਼ ਕਾਰਵਾਈ ਕਰਕੇ ਉਹਨਾਂ ਨੂੰ ਇਨਸਾਫ਼ ਮਿਲਣਾ ਚਾਹੀਦਾ। ਜੇਕਰ ਇਨਸਾਫ਼ ਨਹੀਂ ਮਿਲਦਾ ਤਾਂ ਲੋਕ ਜਨ ਸ਼ਕਤੀ ਪਾਰਟੀ ਵੱਲੋਂ ਕੋਈ ਵੀ ਤਿੱਖਾ ਸੰਘਰਸ਼ ਵਿੱਚ ਜਿਹੜੇ ਤੋਂ ਪਿੱਛੇ ਨਹੀਂ ਹਟਾ ਜਾਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।